ਦਿਲ ਦੀਆਂ ਗੱਲਾਂ ਤੇਰੇ ਨਾਲ ਸੀ ਜੋੜੀਆਂ, ਕਿਸਮਤਾਂ ਦੇ ਲੇਖੇ ਤੂੰ ਕਿਸੇ ਹੋਰ ਵੱਲ ਮੋੜੀਆਂ। ਸੱਚਾ ਪਿਆਰ ਸੀਗਾ ਸਾਡਾ, ਤੂੰ ਕਿਉਂ ਵੇ ਛੱਡ ਗਈ? ਟੁੱਟਿਆ ਦਿਲ ਮੇਰਾ ਕਹਿੰਦਾ ਤੂੰ ਕਿਉਂ ਵੇ ਮੁੱਖ ਮੋੜ ਗਈ? ਅੱਖੀਆਂ 'ਚ ਵਸਦੀ ਤੇਰੀਆਂ ਉਡੀਕਾਂ, ਦਿਲ ਦੇ ਹਰ ਕੋਨੇ ਵਿੱਚ ਤੇਰੀਆਂ ਹੀ ਰੀਝਾਂ, ਪਰ ਸਾਡੀਆਂ ਲਕੀਰਾਂ ਵਿੱਚ ਲਿਖੀ ਸੀ ਹਰ ਕਹਾਣੀ। ਜੋ ਕੱਲ ਸੀ ਮੇਰਾ ਉਹ ਕਿਉਂ ਬਣ ਗਈ ਅਣਜਾਣੀ? ਸੋਹਣੇ ਸੁਪਨੇ ਸਜਾਏ ਤੇਰੇ ਨਾਲ ਜਿਉਣ ਦੇ, ਰਾਤਾਂ ਨੂੰ ਜਾਗਿਆ ਮੈਂ ਤੇਰੇ ਇੱਕ ਵਾਰੀ ਕਹਿਣ ਤੇ, ਪਰ ਤੂੰ ਕੀਤੀ ਸਾਰੇ ਵਾਅਦਿਆਂ ਨਾਲ ਗੱਦਾਰੀ, ਕਹਿੰਦੀ ਮੈਨੂੰ ਪਿਆਰ ਹੋ ਗਿਆ ਫਿਰ ਵੀ ਕਿਉਂ ਲੱਗਦੀ ਤੂੰ ਹਾਰੀ? ਅੱਜ ਵੀ ਸਾਰੀ ਗੱਲਾਂ 'ਚ ਤੇਰੇ ਨਾਂ ਦਾ ਜ਼ਿਕਰ ਰਹਿੰਦਾ, ਸੱਚਾ ਪਿਆਰ ਕੀਤਾ ਸੀ ਫਿਰ ਵੀ ਜੁਦਾਈਆਂ ਮੈਂ ਸਹਿੰਦਾ। ਦਿਲ ਅੱਜ ਵੀ ਆਸ ਰੱਖੀ ਬੈਠਾ ਤੇਰੀਆਂ ਰਾਹਾਂ ਤੱਕਦਾ, ਲੋਕੀ ਸਾਰੇ ਕਹਿੰਦੇ ਹੁਣ ਮੈਂ ਤੇਰਾ ਰਹਿ ਨਹੀਂ ਸਕਦਾ। ਦਿਲ ਦੀਆਂ ਗੱਲਾਂ ਤੇਰੇ ਨਾਲ ਸੀ ਜੋੜੀਆਂ, ਕਿਸਮਤਾਂ ਦੇ ਪੰਨੇ ਤੂੰ ਕਿਸੇ ਹੋਰ ਨਾਲ ਮੋੜੀਆਂ। ਸੱਚਾ ਪਿਆਰ ਸੀਗਾ ਸਾਡਾ, ਤੂੰ ਕਿਉਂ ਵੇ ਛੱਡ ਗਈ? ਟੁੱਟਿਆ ਦਿਲ ਮੇਰਾ ਕਹਿੰਦਾ ਤੂੰ ਕਿਉਂ ਵੇ ਮੁੱਖ ਮੋੜ ਗਈ? ਇਹ ਲਿਖਿਆ ਸੀ ਬਸ ਉਹ ਕੀ ਗੱਲ ਹੈ ਭਾਜੀ, ਮਜ਼ਾ ਆ ਗਿਆ। ਤੇ ਮੈਂ। ਤੁਸੀਂ ਖੁਦ ਲਿਖਿਆ? ਕੀ ਹਾਂਜੀ ਹਾਂਜੀ, ਗੱਲ ਹੈਗੀ ਇਹ ਤੇ ਬਹੁਤ, ਤੁਸੀਂ ਮਤਲਬ ਪੋਇਟ ਵੀ ਹੈਗੇ ਹੋ ਨਾਲ, ਸਿੰਗਰ, ਪੋਇਟ, ਐਵਰੀਥਿੰਗ, ਮਤਲਬ ਲਿਰਿਕਸ। ਮੈਂ ਉਹ ਵੈਸੇ ਤਾਂ ਗਾਉਣਾ ਹੀ, ਆਈ ਨੋ ਅੱਜ ਮੈਂ ਬਹੁਤ ਹੀ ਜ਼ਿਆਦਾ ਮੈਸਅਪ ਕਰਤਾ ਸੀਗਾ, ਵੀ ਮੈਂ ਹਲੇ ਉਹ ਨਹੀਂ ਸੀਗਾ, ਬਟ ਹਾਂ ਮੈਂ ਕਦੇ ਕਦੇ ਵੀ ਮੈਨੂੰ ਜੀ ਕਰਦਾ ਥੋੜ੍ਹਾ ਬਹੁਤਾ ਹਲਕਾ ਫੁਲਕਾ ਲਿਖ ਲੈਣਾ। ਆਈ ਨੋ ਮੈਂ ਇੰਨਾ ਪ੍ਰੋਫੈਸ਼ਨਲ ਕੋਈ ਰਾਈਟਰ ਨਹੀਂ ਹੈਗਾ ਹੀ, ਉਦਾਂ ਹੀ ਜੋ ਬਸ ਦਿਲ 'ਚ ਥੋੜ੍ਹਾ ਬਹੁਤਾ ਐ ਲਿਖਤਾ ਜੀ। ਬਹੁਤ ਵਧੀਆ, ਬਹੁਤ ਵਧੀਆ, ਮਜ਼ਾ ਆ ਗਿਆ ਸੁਣ ਕੇ ਤੇ ਬਹੁਤ। ਮਤਲਬ ਇਟ ਲੁੱਕ ਲਾਈਕ ਕੁਆਇਟ ਪ੍ਰੋਫੈਸ਼ਨਲ, ਪ੍ਰੋਫੈਸ਼ਨਲ ਹੀ ਲੱਗ ਰਿਹਾ ਸੀ ਨਾ ਜਿੱਦਾਂ ਦਾ ਲਿਖਿਆ ਤੁਸੀਂ। ਅੱਛਾ ਰਜਤ ਵੀ ਲਿਖਦੇ ਨੇ ਸਾਡੇ, ਰਜਤ। ਹਾਂਜੀ ਹਾਂਜੀ ਹਾਂ ਰਜਤ, ਦੇਖੋ ਆਪਣੇ ਸੋਲੋ ਬਣਾਉਂਦੇ ਨੇ, ਆਪਣਾ ਵੀਡੀਓ, ਮਿਊਜ਼ਿਕ ਵੀਡੀਓਜ਼ ਬਣਾਉਂਦੇ ਨੇ, ਤੇ ਉਹਦੇ ਵਿੱਚ ਲਿਖਦੇ ਵੀ ਖੁਦ ਨੇ, ਕੰਪੋਜ਼, ਮਿਊਜ਼ਿਕ ਵੀ ਖੁਦ ਕੰਪੋਜ਼ ਕਰਦੇ ਨੇ, ਗਾਉਂਦੇ ਨੇ, ਐਕਟਿੰਗ ਵੀ ਕਰਦੇ ਨੇ। ਵਾਹ ਯਾਰ, ਅੱਛਾ ਹੀ ਕਿਹਾ। ਹਾਂ ਨਹੀਂ ਭਾਜੀ, ਬੜਾ ਚੰਗਾ ਲਿਖਿਆ, ਵਾਹ ਮੈਂ ਸੁਣ ਰਿਹਾ ਸੀ ਕਿਹੜੀ ਮਤਲਬ ਅਜੀ ਲਾਈਨਾਂ ਲਿਖਿਆ ਤੁਸਾਂ, ਚੰਗੇ ਲੱਗੇ ਸੁਣ ਕੇ, ਤੁਸੀਂ ਗਾਉਂਦੇ ਵੀ ਹੋ ਤੇ ਲਿਖਦੇ ਵੀ ਹੋ। ਨਹੀਂ ਸੱਚੀ ਚੰਗਾ, ਮਜ਼ਾਕ ਨਹੀਂ ਕਰ ਰਿਹਾ ਵੀ, ਜਿਹੜਾ ਮਤਲਬ ਤੁਸੀਂ ਆਖਦੇ ਪਏ ਕਿ ਮੈਂ ਐਵੇਂ ਲਿਖਣਾ ਵਾ, ਐਵੇਂ ਜਨਮਨ ਦਾ ਨਾਤਾ ਲਿਖ ਦਿੱਤਾ, ਲੇਕਿਨ ਐਵੇਂ ਲੱਗਿਆ ਨਹੀਂ ਕਿ ਤੁਸੀਂ ਐਵੇਂ ਲਿਖਿਆ ਕਿ ਹਾਂ ਮਨ ਵਿੱਚ ਆਇਆ ਤਾਂ ਲਿਖ ਦਿੱਤਾ, ਤੁਸੀਂ ਲੱਗ ਰਿਹਾ ਸੀ ਕਿ ਬੜਾ ਸੋਚ ਸਮਝ ਕੇ, ਬੜਾ ਇਮੋਸ਼ਨਲ ਲਾਈਨ ਲਿਖਿਆ ਤੁਸਾਂ, ਬੜਾ ਚੰਗਾ ਲੱਗਿਆ, ਦਿਲੋਂ ਚੰਗਾ ਲੱਗਿਆ, ਥੈਂਕ ਯੂ ਫਿਰ ਤਾਂ ਜੀ। ਪੰਜਾਬੀ ਬੜੀ ਵਧੀਆ ਜੀ। ਤੁਸੀਂ ਕਿੱਥੋਂ ਆਏ ਰਜਤ ਵੀਰੇ? ਮੈਂ ਕਾਨਪੁਰ ਹਾਂ, ਕਾਨਪੁਰ ਉੱਤਰ ਪ੍ਰਦੇਸ਼, ਕਾਨਪੁਰ। ਕਾਨਪੁਰ ਉੱਤਰ ਪ੍ਰਦੇਸ਼, ਠੀਕ ਹੈ। ਬਟ ਓਕੇ, ਥੈਂਕ ਯੂ, ਸੋ ਥੈਂਕ ਯੂ ਮੀਨਸ ਅ ਲੋਟ, ਬਟ ਸੌਰੀ ਮੈਂ ਇੱਕ ਵਾਰੀ ਫੇਰ ਅਗੇਨ ਆਈ ਅਪੋਲੋਜਾਈਜ਼। ਓਹੋ ਮੈਂ ਪਲੀਜ਼ ਛੱਡੋ, ਇਹ ਘਰ ਵਾਲੀ ਗੱਲ ਹੈਗੀ, ਅਗਲੀ ਵਾਰੀ ਸੁਣ ਲਾਂਗੇ ਤੁਹਾਡੇ, ਹਰ ਵਾਰੀ ਆਓਗੇ ਤੁਸੀਂ ਤਾਂ। ਮੈਂ ਹਾਂ ਈਵਨ ਤੋਂ ਮੈਂ ਉਹੀ ਗਾਣਾ ਗਾਇਆ ਸੀ ਜਿਹੜਾ ਮੈਂ ਵੀਡੀਓ ਵੀ ਮੈਂ ਪਾਈ ਸੀਗੀ, ਹਾਂ ਬਟ ਸਟਿਲ ਨਹੀਂ ਕੋਈ ਹੋਈ। ਨਹੀਂ, ਕੋਈ ਗੱਲ ਨਹੀਂ। ਓਕੇ ਕਰਿਸ਼ਮਾ, ਤੁਸੀਂ ਮਤਲਬ ਇੱਕਦਮ ਤੋਂ ਆਪਣਾ ਮਤਲਬ ਲਿਖਿਆ ਹੋਇਆ, ਮਤਲਬ ਤੁਸੀਂ ਪ੍ਰੈਕਟਿਸ ਕੀਤੀ ਹੋਣੀ ਹੈ ਸੌਂਗ ਦੀ, ਤੇ ਇੱਕਦਮ ਤੋਂ ਚੇਂਜ ਕਰਕੇ ਤੁਸੀਂ ਆਪਦਾ ਲਿਖਿਆ ਹੋਇਆ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਤੇ ਦੂਜੀ ਗੱਲ ਹੈ ਕਿ ਖੁਸ਼ੀ ਜਿਹੜੀ ਹੁੰਦੀ ਹੈ ਨਾ, ਉਹਨੂੰ ਐਕਸਪ੍ਰੈਸ ਤੇ ਕੋਈ ਵੀ ਕਰ ਦਿੰਦਾ ਹੈ, ਤੇ ਜਿਹੜਾ ਬਿਰਹ ਹੁੰਦਾ ਹੈ ਨਾ, ਤੁਹਾਨੂੰ ਪਤਾ ਹੀ ਹੈ ਸਾਡਾ ਪੰਜਾਬੀ ਸਾਹਿਤ 'ਚ ਹੈਗਾ ਬਿਰਹ ਦੇ ਹਾਂਜੀ ਸੁਲਤਾਨ ਸ਼ਿਵ ਕੁਮਾਰ, ਤੇ ਬਿਰਹਾਂ ਨੂੰ ਮਤਲਬ ਇੰਨਾ ਐਕਸਪ੍ਰੈਸ ਕਰਨਾ ਇਹ ਬਹੁਤ ਚੰਗੀ, ਮਤਲਬ ਇੰਨਾ ਖੂਬਸੂਰਤੀ ਨਾਲ ਤੁਸੀਂ ਪੇਸ਼ ਕੀਤਾ, ਬਹੁਤ ਵਧੀਆ, ਵਾਕਈ। ਥੈਂਕ ਯੂ ਸੋ ਮਚ, ਤੁਸੀਂ ਕਹਿ ਰਹੇ ਹੋ ਥੈਂਕ ਕਿ ਯੂ, ਮੈਂ ਬਹੁਤ ਹਲਕਾ ਜਿਹਾ ਲਿਖਦਾ, ਪਰ ਬਹੁਤ ਖੂਬ ਲਿਖਿਆ ਤੁਸੀਂ, ਥੈਂਕ ਯੂ ਸੋ ਵਾਕਈ। ਮਚ ਜੀ, ਥੈਂਕ ਯੂ, ਥੈਂਕ ਯੂ। ਓਕੇ ਪੂਨਮ, ਸਰ, ਹੀ ਮੇਡ ਅ ਨਿਊ ਬ੍ਰੇਕਅਪ ਸੌਂਗ ਯਾ, ਗਾ ਦੋ ਇਸਕੋ ਫਿਰ ਤੁਮ ਅਬ ਆਗੇ ਬੜਾ ਦੋ, ਮਤਲਬ ਇਤਨੀ ਜਿਤਨੀ ਸ਼ਿੱਦਤ ਸੇ ਲਿਖਾ, ਆਈ ਥੋਟ ਮਤਲਬ ਯੇ
रिसेंट है, लॉन्ग बैक है, वन एवर इट वॉज, तभी लिखा है ये, पता अरे चल हाँ रहा है राइटिंग से। और बिल्कुल बहुत 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 बढ़िया लिखा अभी। और बिल्कुल वो मत रखो, सबका कुछ ना कुछ मेसअप होता है, फर्स्ट टाइम पे, सेकंड टाइम पे, थर्ड टाइम पे, एवरी टाइम पे भी हो जाता है, इट्स ओके। सो इट वॉज गुड एंड दैट यू ज्वाइन एंड पोइट्री तो बहुत 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 बढ़िया हो गया ना, आप नहीं गा पा रहे आज, हमने सुन ली तो ये एक नया पता चल गया, गाना तो पता ही था सर को, तो इट्स गुड ना। अभी हम गाने के साथ एक और पॉइंट आउट करेंगे, चलो पोइट्री भी सुनाओ अभी, है ना। ठीक है, मैं चलो पोएट्री सी यू सुनाऊंगा। देन, बहुत बढ़िया, थैंक यू। ओके अनिंदा जी, मैंने कहा बहुत खूब अभिनव जी, मतलब आप शुरू तो किए थे जो गाना हाँ जी, वो भी, मतलब अभिनव सिंस यू आर इंडिकेटिंग ऑफ मेस अप एंड अदर स्टफ, बट यू स्टार्टेड वेरी वेल। मुझे लग रहा था कि कुछ अच्छा होने वाला है, नहीं कम मैं आओ गाऊंगा ही सही नेक्स्ट बात। टाइम जो तो आया ना, मैं वैसे तक गाऊंगा ही यहीं, मैं एक्चुअल विच आई ओनली नहीं नहीं सिंग, आप बिल्कुल नेक्स्ट टाइम वो आई कम ऐसा आई मेक ना श्योर। है, आज बिल्कुल तुम बिल्कुल तुझे गलत है, पोएट्री विच आई पट्टे चकते ना, तो अगली बारी गाने विच पट्टे चक देना। नहीं 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 आई बिल्कुल मेक गलत श्योर टू है, पुट ऑन अ गुड परफॉर्मेंस नेक्स्ट टाइम फॉर नो श्योर। श्योरली श्योरली आई विल डू इट। नहीं, इट वॉज ऑलरेडी ए ग्रेट परफॉर्मेंस। थैंक यू अभिनव जी सो वेलकम। मच।